ਸਤ ਸ੍ਰੀ ਅਕਾਲ ਦੋਸਤੋ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਉਮੀਦ ਕਰਦੀ ਆ ਜੀ ਬਹੁਤ ਵਧੀਆ ਹੋਵੋਗੇ ਸਾਰੇ ਤਾ ਦੋਸਤੋ ਜਿਵੇਂ ਹੀ ਅਸੀਂ ਨਿਊ ਸੁਭਾਸ਼ਨਗਰ ਜੋਧੇਵਾਲ ਬਸਤੀ ਤੋਂ ਨਿਕਲਦੇ ਆਂ ਜੀ ਰਾਹੋ ਰੋਡ ਨੂੰ ਪੈਂਦੇ ਆ ਤਾਂ ਸਾਨੂੰ ਸਭ ਤੋਂ ਪਹਿਲਾਂ ਆਵੇਗਾ ਜੀ ਬਸਤੀ ਦਾ ਚੌਂਕ ਇਹ ਸਾਰਾ ਬਾਜ਼ਾਰ ਜਿਹੜਾ ਹੈ ਜੀ ਸਾਰਾ ਬਸਤੀ ਦਾ ਬਾਜ਼ਾਰ ਹੈ ਬਸਤੀ ਦੇ ਚੌਂਕ ਦੇ ਨਾਲ ਲੱਗਦਾ ਜਿਹੜਾ ਜਿਵੇਂ ਕਿ ਪਾਲ ਡਿਪਾਰਟਮੈਂਟਲ ਬਹੁਤ ਵੱਡਾ ਸਟੋਰ ਹੈ ਉੱਥੇ ਦਾ ਸਾਰਾ ਇਹਦਾ ਸਾਰਾ ਬਾਜ਼ਾਰ ਰਾਹੋ ਰੋਡ ਵਾਲਾ ਹੈ ਜੀ ਇਹ ਜਿਵੇਂ ਹੀ ਅਸੀਂ ਨਿਊ ਸੁਭਾਸ਼ਨਗਰ ਤੋਂ ਬਾਹਰ ਨਿਕਲਦੇ ਆ ਤਾਂ ਸਾਨੂੰ ਇਸ ਤਰ੍ਹਾਂ ਰਾਹੋ ਰੋਡ ਤੇ ਫਿਰ ਜਾਣਾ ਪਵੇਗਾ ਉੱਥੇ ਜੀ ਸਾਰੀ ਮਾਰਕੀਟ ਹੀ ਸਟਾਰਟ ਹੋ ਜਾਂਦੀ ਹੈ ਇਹ ਹੈ ਜੀ ਉਰੇ ਦੀ ਲੋਕਲ ਮਾਰਕੀਟ ਜੋਧੇਵਾਲ ਬਸਤੀ ਦੀ ਤੇ ਸਾਰੇ ਦਾ ਸਾਰਾ ਬਾਜ਼ਾਰ ਐਵੇਂ ਦਾ ਹੁੰਦਾ ਹੈ ਕਿ ਬਹੁਤ ਵੱਡਾ ਉਰੇ ਮੀਨਸ ਕਪੜੇ ਜੁੱਤੀਆਂ ਮਨਿਆਰੀ ਦਾ ਜੋ ਮਰਜੀ ਸਾਮਾਨ ਲੈਣਾ ਚਾਹੋ ਉਹ इजीली ਮਿਲ ਜਾਵੇਗਾ ਜੀ ਇਹ ਬਿਲਕੁਲ ਬਸਤੀ ਜੋਧੇਵਾਲ ਦੇ ਚੌਂਕ ਜਿਹੜਾ ਹੈ ਨਾ ਮੇਨ ਜੋ ਹੈ ਉੱਥੇ ਇਹ ਵਾਲਾ ਹੈ ਜੀ ਇਹ ਵਾਲੀ ਮਾਰਕੀਟ ਤੇ ਇੱਦਾਂ ਮਤਲਬ ਅਗਰ ਤੁਸੀਂ ਅੱਗੇ ਨੂੰ ਜਾਓਗੇ ਤਾਂ ਉੱਥੇ ਜੀ ਬਸਤੀ ਦਾ ਫਲਾਈਓਵਰ ਆ ਜਾਏਗਾ ਉਹ ਜਾਂਦਾ ਹੈ ਜੀ ਰੋਡ ਆਪਣਾ ਸਮਰਾਲੇ ਚੌਂਕ ਤੋਂ ਆ ਕੇ ਤੇ ਉਧਰ ਆਪਣਾ ਜਲੰਧਰ ਬਾਈਪਾਸ ਨੂੰ ਨਿਕਲਦਾ ਹੈ ਜੀ ਜਿੱਧਰ ਕੀ ਨਵਾਂ ਸ਼ਹਿਰ ਹੋ ਹੁਸ਼ਿਆਰਪੁਰ ਜਲੰਧਰ ਇਸ ਸਾਈਡ ਨੂੰ ਨਿਕਲ ਜਾਂਦਾ ਹੈ ਜੀ ਅੱਗੇ ਜਾ ਕੇ ਰੋਡ ਤਾਂ ਆਹ ਦੇਖੋ ਜੀ ਇਸ ਤਰ੍ਹਾਂ ਇਹ ਬਸਤੀ ਦਾ ਫਲਾਈਓਵਰ ਹੈ ਜੀ ਤਾਂ ਹੁਣ ਜਿਵੇਂ ਅਸੀਂ ਬਸਤੀ ਦਾ ਸੀ ਪੁਲ ਮੀਨਸ ਕ੍ਰੋਸ ਕਰਾਂਗੇ ਪੁਲ ਦੇ نیچے ਤੋਂ ਜਾ ਕੇ ਫਿਰ ਸਾਨੂੰ ਜੀ ਬਸਤੀ ਦਾ ਬਾਜ਼ਾਰ ਬਸਤੀ ਦੀ ਮਾਰਕੀਟ ਸਟਾਰਟ ਹੋ ਜਾਂਦੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ ਮੈਂ ਆਪਣੀ ਵੀਡੀਓ ਵਿੱਚ ਦੱਸਦੀ ਰਹਿੰਦੀ ਹਾਂ ਕਿ ਬਸਤੀ ਦੀ ਜਿਹੜੀ ਮਾਰਕੀਟ ਹੈ ਜੀ ਉਹ ਸਾਰੀ ਦੀ ਸਾਰੀ ਮਾਰਕੀਟ ਰਿਟੇਲ ਦੀ ਮਾਰਕੀਟ ਹੈ ਕਿਉਂਕਿ ਉਰੇ ਐਤਵਾਰ ਨੂੰ ਬਹੁਤ ਜ਼ਿਆਦਾ ਸੇਲਾ ਲੱਗਦੀਆਂ ਇਸ ਬਾਜ਼ਾਰ ਵਿੱਚ ਤੇ ਉਰੇ ਸਮਰ ਦੇ ਕੱਪੜੇ ਵੀ ਆ ਗਏ ਵੇ ਜੀ ਗਰਮੀਆਂ ਦੇ ਕੱਪੜੇ ਕਿਉਂਕਿ ਉਰੇ ਸੀਜ਼ਨ ਆਫ ਆਪਣਾ ਫਰਵਰੀ ਔਰ ਮਾਰਚ ਦੇ ਅੱਧ ਤੱਕ ਹੀ ਹੁੰਦਾ ਹੈ ਜੀ ਤੇ ਉਹਦੇ ਬਾਅਦ ਵਿੱਚ ਉਰੇ ਗਰਮੀਆਂ ਦੇ ਕੱਪੜੇ ਸਟਾਰਟ ਹੋ ਜਾਂਦੇ ਲੁਧਿਆਣੇ ਵਿੱਚ ਤੇ ਜੀ ਬਸਤੀ ਦਾ ਬਾਜ਼ਾਰ ਹੈ ਇਹ ਵੀ ਬਹੁਤ ਵੱਡਾ ਬਾਜ਼ਾਰ ਹੈ ਬਹੁਤ ਮਸ਼ਹੂਰ ਬਾਜ਼ਾਰ ਹੈ ਆਪਣੇ ਆਪ ਵਿੱਚ ਬਸਤੀ ਜੋਧੇਵਾਲ ਦਾ ਬਾਜ਼ਾਰ ਤਾਂ ਇੱਥੇ ਜੀ ਤੁਹਾਨੂੰ ਰੈਡੀमेड ਕੱਪੜੇ ਅਨ ਸਟੀਚ ਕੱਪੜੇ ਲੇਡੀਜ਼ ਕੱਪੜੇ ਜੈਂਟਸ ਕੱਪੜੇ ਬੱਚਿਆਂ ਦੇ ਕੱਪੜੇ ਕਿਸੇ ਵੀ ਤਰ੍ਹਾਂ ਦੀਆਂ ਜੁੱਤੀਆਂ ਤਾਂ ਜਿਵੇਂ ਅਸੀਂ ਬਸਤੀ ਦੀ ਮਾਰਕੀਟ ਟੱਪੂਗੇ ਫਿਰ ਸਾਨੂੰ ਆਵੇਗਾ ਜੀ ਗਊਸ਼ਾਲਾ ਮਾਰਕੀਟ ਇਹ ਦੇਖੋ ਜੀ ਗਊਸ਼ਾਲਾ ਮਾਰਕੀਟ ਵਿੱਚ ਗਰਮੀਆਂ ਦੇ ਮੌਸਮ ਵਿੱਚ ਵਿੱਚ ਵੀ ਤੁਹਾਨੂੰ ਉਹ ਗਰਮ ਕੱਪੜੇ ਮਿਲਣਗੇ ਜਿਵੇਂ ਕਿ ਕੰਬਲ ਹੋਏ ਰਜਾਈਆਂ ਦੇ ਗਲਾਫ ਹੋਏ ਬੈੱਡ ਸ਼ੀਟਸ ਹੋਈਆਂ ਗਰਮ ਬਟ ਉਹ ਸਬਰ ਦੇ ਕੱਪੜੇ ਵੀ ਮਿਲਦੇ ਆ ਬਟ ਜਿਹੜੇ ਗਰਮ ਕੱਪੜੇ ਐ ਇਹ ਤੁਹਾਨੂੰ ਉਹ ਤੋਲ ਕੇ ਦਿੱਤੇ ਜਾਂਦੇ ਹਨ ਜਿਵੇਂ ਕਿ 150 ਰੁਪਏ ਕਿਲੋ ਹੋ ਗਿਆ ਵਾ ਹੁਣੇ 150 ਰੁਪਏ ਕਿਲੋ 170 ਰੁਪਏ ਕਿਲੋ ਇਸ ਤਰ੍ਹਾਂ weight ਦੇ ਹਿਸਾਬ ਨਾਲ ਦਿੰਦੇ ਨੇ ਇਹ ਤਾਂ ਉਹਦੇ ਬਾਅਦ ਵਿੱਚ ਆ ਗਿਆ ਜੀ ਸਾਰਾ ਇਹ ਗਊਸ਼ਾਲਾ ਦੀ ਚੜਾਈ ਚੜ ਕੇ ਜਿਹੜੀ ਪ੍ਰਾਚੀਨ ਗਊਸ਼ਾਲਾ ਹੈ ਬਸ ਇਹ ਚੜਾਈ ਚੜ ਕੇ ਇਹ ਜੀ ਚੌਂਕ ਹੈ ਬਸ ਨਾਲ ਹੀ ਦੀ ਚੜਾਈ ਚੜ ਕੇ ਫਿਰ ਆ ਜਾਂਦੀ ਹੈ ਜਿੱਥੇ ਪ੍ਰਾਚੀਨ ਗਊਸ਼ਾਲਾ ਦੀ ਬਿਲਡਿੰਗ ਬਹੁਤ ਵੱਡੀ ਅੰਦਰ ਕ੍ਰਿਸ਼ਨਾ ਮੰਦਿਰ ਵੀ ਹੈ ਬਣਾਇਆ ਹੋਇਆ ਤੇ ਗਊਸ਼ਾਲਾ ਬਹੁਤ ਵੱਡੀ ਹੈ ਬਹੁਤ ਪ੍ਰਾਚੀਨ ਗਊਸ਼ਾਲਾ ਹੈ ਤੇ ਲੁਧਿਆਣੇ ਦੀ ਸਭ ਤੋਂ ਵੱਡੀ ਗਊਸ਼ਾਲਾ ਹੈ ਜੀ ਆਹ ਦੇਖੋ ਤੁਸੀਂ ਬਾਉਂਡਰੀ ਤੋਂ ਅੰਦਾਜ਼ਾ ਲਗਾ ਸਕਦੇ ਹੋ ਤੇ ਹਜੇ ਬਿਲਡਿੰਗ ਇਹ ਬਣ ਰਹੀ ਹੈ ਹਜੇ ਇਹਦਾ ਕੰਮ ਚੱਲਦਾ ਪਿਆ ਵਿੱਚ ਵਿੱਚ ਉਸ ਕਰਕੇ ਇਹ ਬਹੁਤ ਸੋਹਣੀ ਜਿਆਦਾ ਸਜਾਈ ਵੀ ਜੀ ਦੇਖੋ ਪੂਰੀ ਮੇਨ ਐਂਟਰਸ ਜਿਹੜਾ ਗੇਟ ਹੈ ਜੀ ਉੱਪਰ ਕ੍ਰਿਸ਼ਨਾ ਜੀ ਦੀ ਮੂਰਤੀ ਲੱਗੀ ਵੀ ਜੀ ਕਿੰਨੀ ਪਿਆਰੀ ਹੈ ਤੇ ਪੂਰੀ ਦੀ ਪੂਰੀ ਪ੍ਰਾਚੀਨ ਗਊਸ਼ਾਲਾ ਅੰਦਰ ਬਹੁਤ ਜ਼ਿਆਦਾ ਗਾਵਾਂ ਨੇ ਅੰਦਰ ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ ਤੇ ਬਾਹਰ ਉਹਨਾਂ ਵਾਸਤੇ ਚਾਰਾ ਵਗੈਰਾ ਜਿਵੇਂ ਕਿ ਲੋਕ ਤੁਹਾਨੂੰ ਪਤਾ ਹੀ ਹੋਵੇ ਦਾਨਪੂਰ ਬਹੁਤ ਜ਼ਿਆਦਾ ਕਰਦੇ ਨੇ ਇਹਦੇ ਸ਼ਹਿਰਾਂ ਵਿੱਚ ਤਾਂ ਉਸ ਕਰਕੇ ਗਾਵਾਂ ਵਾਸਤੇ ਜਗ੍ਹਾ ਬਣਾਏ ਵੀ ਉਹ ਗਊਸ਼ਾਲਾ ਤਾਂ ਅਜੀ ਗਊਸ਼ਾਲਾ ਦੇ ਬਾਅਦ ਵਿੱਚ ਅਸੀਂ ਆ ਗਏ ਆ ਜੀ ਫੀਲਡ ਗੰਜ ਬਾਜ਼ਾਰ ਵਿੱਚ ਇਹ ਹੈ ਜੀ ਸ਼ਵਾਨੇ ਬਿਲਡਿੰਗ ਚੌਂਕ ਜਿੱਥੋਂ ਕਿ ਜੀ ਮੋਜਪੂਰਾ ਬਾਜ਼ਾਰ ਘੰਟਾ ਘਰ ਬਾਜ਼ਾਰ ਚੋੜਾ ਬਾਜ਼ਾਰ ਆ ਗਊਸ਼ਾਲਾ ਰੋਡ ਦੇ ਉਧਰ ਸਮਰਾਲਾ ਚੌਂਕ ਸਾਈਡ ਜਿਵੇਂ ਸੀਐਮਸੀ ਹਸਪੀਟਲ ਇੱਕ ਚੌਰਾਸਤਾ ਕਹਿ ਲੋਰੇ ਉਹ ਵੜਾ ਹੈ ਜੀ ਸ਼ਵਾਨੇ ਬਿਲਡਿੰਗ ਦੇ ਚੌਂਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਫੀਲਡ ਗੰਜ ਵਿੱਚ ਤਾਂ ਅਸੀਂ ਅੱਗੇ ਜਾਵਾਂਗੇ ਤਾਂ ਜਿੱਥੇ ਇੱਥੋਂ ਹੋ ਜਾਂਦਾ ਹੈ ਜੀ ਫੀਲਡ ਗੰਜ ਦਾ ਬਾਜ਼ਾਰ ਸ਼ੁਰੂ ਜੋ ਕਿ ਇਹ ਕੱਟ ਪਿੱਸਾ ਦੇ ਕਪੜਿਆਂ ਦਾ ਬਾਜ਼ਾਰ ਉਰੇ ਤੁਹਾਨੂੰ ਲੇਡੀਜ਼ ਦਾ ਕੋਈ ਵੀ ਕਪੜਾ ਕੱਟ ਪੀਸ ਵਿੱਚ ਮਿਲੇਗਾ ਜੀ ਤੇ ਇਹ ਵਾਲੀ ਮਾਰਕੀਟ ਰੈਡੀमेड ਕਪੜਿਆਂ ਦੇ ਨਾਲ ਨਾਲ ਵੀ ਮਸ਼ਹੂਰ ਹੈ ਜੀ ਲੁਧਿਆਣੇ ਦੀ ਫੀਲਡ ਗੰਜ ਮਾਰਕੀਟ ਵਿੱਚ ਤੇ ਇਸ ਮਾਰਕੀਟ ਵਿੱਚ ਜੁੱਤੀਆਂ ਵੀ ਬਹੁਤ ਜ਼ਿਆਦਾ ਮਿਲਦੀਆਂ ਨੇ ਇੱਕ ਤਰ੍ਹਾਂ ਨਾਲ ਕਹਿ ਲੋ ਇਸ ਮਾਰਕੀਟ ਨੂੰ ਜੁੱਤੀਆਂ ਦੀ ਮਾਰਕੀਟ ਵੀ ਕਹਿ ਸਕਦੇ ਹਾਂ ਅਸੀਂ ਕਪੜਿਆਂ ਦੀ ਮਾਰਕੀਟ ਵੀ ਕਹਿ ਸਕਦੇ ਆ ਜੀ ਤੇ ਬਰਾਇਡਲ ਜਵੈਲਰੀ ਵਗੈਰਾ ਬਰਾਇਡਲ ਲਹਿੰਗੇ ਵਗੈਰਾ ਵੀ ਤੁਹਾਨੂੰ ਇਸੇ ਮਾਰਕੀਟ ਵਿੱਚ ਮਿਲਣਗੇ ਅੱਜ ਮੈਂ ਤੁਸੀ ਕਪੜਿਆਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਦਮੀਆਂ ਦੇ ਪਾਏ ਹੋਏ ਨੇ ਪੂਰਿਆਂ ਦੇ ਪੂਰੇ ਰੈਡੀमेड ਕੱਪੜੇ ਜਿਵੇਂ ਲਹੰਗੇ ਹੋਏ ਗਰਾਰੇ ਹੋਏ ਸ਼ਰਾਰੇ ਹੋਏ ਲਾਂਚੇ ਹੋਏ ਜੋ ਮਰਜੀ ਤੁਸੀਂ ਜੀਨਸ ਟੌਪ ਲੋਅਰ ਵਗੈਰਾ ਕੁਝ ਵੀ ਤੁਸੀਂ ਲੈਣਾ ਨਾਈਟ ਸੂਟਸ ਵਗੈਰਾ ਇਵੇਂ ਸੌਕਸ ਹੋਈਆਂ ਗਰਮੀਆਂ ਵਾਲੀਆਂ ਤੇ ਸਾਰੇ ਦਾ ਸਾਰਾ ਸਮਾਨ ਤੁਹਾਨੂੰ ਜੀ ਫੀਲਡ ਗੰਜ ਮਾਰਕੀਟ ਵਿੱਚ ਬਹੁਤ ਈਜ਼ੀਲੀ ਮਿਲ ਜਾਵੇਗਾ ਜੀ ਇੱਥੇ ਦੁਕਾਨਾਂ ਤਾਂ ਹੈ ਹੀ ਹੈ ਬਹੁਤ ਵੱਡੀਆਂ-ਵੱਡੀਆਂ ਤੇ ਬਾਹਰ ਉਹਨਾਂ ਦੇ ਜਿਹੜੇ ਆ ਰੇੜੀਆਂ ਫੜੀਆਂ ਵਾਲੇ ਨੇ ਇਹਨਾਂ ਨੇ ਆਪਣੀਆਂ ਉਰੇ ਸੇਲਾਂ ਲਗਾਈਆਂ ਹੁੰਦੀਆਂ ਕਈਆਂ ਦੇ ਫਿਕਸ ਰੇਟ ਹੁੰਦੇ ਤੇ ਕਈ ਰੇਟ ਕਰਦੇ ਨੇ ਜੀ ਆਪਣਾ ਮੈਨਜ਼ ਘਟ-ਵੱਧ ਕਰਕੇ ਕਰ ਦਿੰਦੇ ਨੇ ਪੂਰੀ ਦੀ ਪੂਰੀ ਮਾਰਕੀਟ ਇਹ ਵਾਲੀ ਮਾਰਕੀਟ ਰਿਟੇਲ ਦੀ ਮਾਰਕੀਟ ਹੈ ਇਸ ਨੂੰ जामा मस्जिद ਵਾਲੀ ਰੋਡ ਸ਼ਾਹਪੁਰ ਰੋਡ ਵੀ ਕਿਹਾ ਜਾਂਦਾ ਹੈ ਜੀ ਫੀਲਡ ਗੰਜ ਲੁਧਿਆਣਾ ਤੇ ਫੀਲਡ ਗੰਜ ਲੁਧਿਆਣਾ ਇਸ ਤਰ੍ਹਾਂ ਦਾ ਬਾਜ਼ਾਰ ਹੈ ਜਿਵੇਂ ਕਿ ਦਿੱਲੀ ਦਾ ਚਾਂਦਨੀ ਚੌਕ ਜਾਂ ਦਿੱਲੀ ਦੀ ਸਰੋਜਨੀ ਮਾਰਕੀਟ ਹੋਈ ਜੋ ਕਿ ਸਭ ਤੋਂ ਸਸਤੀ ਮਾਰਕੀਟ ਹੈ ਦਿੱਲੀ ਦੀ ਉਸੇ ਤਰ੍ਹਾਂ ਹੈ ਜੀ ਲੁਧਿਆਣੇ ਦਾ ਫੀਲਡ ਗੰਜ ਇੱਕ ਤਰ੍ਹਾਂ ਇਹਨੂੰ ਲੁਧਿਆਣੇ ਦਾ ਦਿੱਲੀ ਕਹਿ ਲਓ ਕਿਉਂਕਿ ਉਰੇ ਬਹੁਤ ਜ਼ਿਆਦਾ ਜਿਵੇਂ ਜਿਵੇਂ ਦਿਨ ਚੜਦਾ ਹੈ ਉਸ ਤਰ੍ਹਾਂ ਉਰੇ ਗਾਹ ਕਾਂ ਦੀ ਪਰਮਾਰ ਹੋ ਜਾਂਦੀ ਸ਼ੁਰੂ ਹਜੇ ਤੁਹਾਨੂੰ ਇਹਨਾਂ ਰਾਸ਼ ਨਹੀਂ ਮਿਲ ਰਿਹਾ ਹੋਣਾ ਬਟ ਜਿਵੇਂ ਜਿਵੇਂ ਦਿਨ 11 ਵਜ ਦੇ ਨੇ 12 ਵਜ ਦੇ ਨੇ ਤਾਂ ਉਹ ਰਸ਼ ਇਸ ਤਰ੍ਹਾਂ ਹੋ ਜਾਂਦਾ ਇੱਕ ਤਰ੍ਹਾਂ ਨਾਲ ਮੇਲਾ ਹੀ ਲੱਗ ਜਾਂਦਾ ਇਹ ਰੋਜ਼ ਦਾ ਕੰਮ ਹੈ ਵੈਸੇ ਉਹ ਸੰਡੇ ਨੂੰ ਸਭ ਤੋਂ ਵੱਧ ਸੇਲਾ ਵੀ ਉਰੇ ਹੀ ਲੱਗਦੀਆਂ ਨੇ ਆ ਦੇਖੋ ਜਿਵੇਂ ਤੁਸੀਂ ਇਹ ਲੋਰ ਟੀ-ਸ਼ਰਟ ਵਗੈਰਾ ਸਿਰਫ 100 ਰੁਪਏ ਨੂੰ ਟੰਗੇ ਹੋਏ ਨੇ ਇਹਨਾਂ ਨੇ ਇਹ ਅਜਿਵੇਂ ਜੁੱਤੀਆਂ ਦੇ ਤੁਸੀਂ ਢੇਰ ਦੇਖ ਰਹੇ ਹੋ ਫੈਂਸੀ ਇੱਕ ਤੇ ਇੱਕ ਜੁੱਤੀ ਹੈ ਇੱਥੇ ਤੁਸੀਂ ਵਿਆਹ ਸ਼ਾਦੀ ਵਾਸਤੇ ਉਰੇ 100 ਰੁਪਏ ਤੋਂ 150 ਰੁਪਏ ਤੋਂ ਉਰੇ ਜੁੱਤੀ ਸਟਾਰਟ ਹੋ ਜਾਂਦੀ ਫੀਲਡ ਗੰਜ ਬਾਜ਼ਾਰ ਵਿੱਚ ਆ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਅਗਰ ਇਹ ਸਮਰ ਵਾਲੀਆਂ ਐ ਜਿਵੇਂ ਸਲੀਪਰ ਟਾਈਪ ਹੋਏ ਲੇਡੀਜ਼ ਦਾ ਕੋਈ ਵੀ ਤੁਸੀਂ ਸਮਾਨ ਲੈਣਾ ਉਹ ਤੁਹਾਨੂੰ ਜੀ ਫੀਲਡ ਗੰਜ ਬਾਜ਼ਾਰ ਇਹ ਬਹੁਤ ਆਸਾਨੀ ਨਾਲ ਮਿਲ ਜਾਵੇਗਾ ਜੀ ਤੇ ਜਿਵੇਂ ਆ ਤੁਸੀਂ ਕੱਪੜਿਆਂ ਦੇ ਟੋਟਿਆਂ ਦੇ ਢੇਰ ਦੇਖ ਰਹੇ ਹੋ ਇਹ ਸਾਰੇ ਟੋਟੇ ਜੀ 100-100 ਰੁਪਏ ਦੇ ਆ ਕਿੰਨੇ ਲਾਈਟ ਲਾਈਟ ਕਲਰ ਹੈ ਸਮਰ ਦੇ ਹਿਸਾਬ ਨਾਲ ਹੈ ਤੇ ਆ ਜਿਹੜੇ ਸੂਟ ਟੰਗੇ ਹੋਏ ਇਹਨਾਂ ਨੇ ਇਹਨਾਂ ਦੇ ਅਲੱਗ ਰੇਟ ਹੁੰਦੇ ਜੀ ਇਹ ਪੂਰਾ ਸੂਟ ਹੁੰਦਾ ਤੇ ਜਿਵੇਂ ਟੋਟੇ ਹੋਵੇ ਉਹ ਇਹਨਾਂ ਨੇ ਢੇਰ ਲਗਾਏ ਹੁੰਦੇ ਜਿਵੇਂ ਆ ਦੇਖੋ ਕ੍ਰੌਪ ਟੌਪ ਹੋਏ ਬੱਚਿਆਂ ਦੀਆਂ ਸ਼ਲਟਾਂ ਹੋਈਆਂ ਲੋਹਰਾ ਹੋਈਆਂ ਆ ਲਹਿੰਗੇ ਹੋਏ ਲਾਂਚੇ ਹੋਏ ਸਾਰੇ ਦੇਖੋ ਮੀਨਸ ਸਾਰੇ ਦਾ ਸਾਰਾ ਹਿੱਸਾ ਬਾਰ ਇਹਨਾਂ ਨੇ ਵਧੀਆ ਤਰੀਕੇ ਨਾਲ ਸਜਾਇਆ ہوا ਹੁੰਦਾ ਕਿ ਗਾਹਕ ਨੂੰ ਕੋਈ ਵੀ ਦਿੱਕਤ ਨਾ ਹੋਵੇ ਆਪਣੀ ਪਸੰਦ ਦਾ ਉਹ ਲਓ ਤੁਸੀਂ ਤੇ ਨਾਲ ਹੀ ਪੇਮੈਂਟ ਕਰਕੇ ਨਾਲ ਹੀ ਆਪਣਾ ਉਹ ਕਲੀਅਰ ਕਰ ਲੋ ਤੇ ਇਸ ਤਰ੍ਹਾਂ ਸਾਡ ਦੇਖੋ ਜੁੱਤੀਆਂ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜੁੱਤੀਆਂ ਦੀਆਂ ਕਿੰਨੀਆਂ ਦੁਕਾਨਾਂ ਹੁਣ ਤੱਕ ਆ ਚੁੱਕੀਆਂ ਨੇ ਜੀ ਇਹ ਸਾਰੇ ਦੀ ਸਾਰੀ ਫੀਲਡ ਗੰਜ ਮਾਰਕੀਟ ਹੈ ਤੇ ਹੁਣ ਜੀ ਇੱਥੇ ਆ ਜਾਂਦਾ ਦੀ ਚੌਂਕ ਜੋ ਕਿ ਹੈ ਜੀ ਜਾਮਾ ਮਸਜਿਦ ਦਾ ਇਹ ਹੀ ਵਾਲੀ ਮਾਰਕੀਟ ਮੀਨਜ਼ ਅਗਰ ਤੁਸੀਂ ਜਾਏ ਚੱਲਦੇ ਜਾਓਗੇ ਚੱਲਦੇ ਜਾਓਗੇ ਜੀ ਤਾਜੀ ਅੱਗੇ ਚੌਂਕ ਆ ਜਾਂਦਾ ਇੱਕ ਜਿਹੜੀ ਕਰੋੜ ਜਾਂਦੀ ਹੈ ਜੀ ਸੀਐਮਸੀ ਨੂੰ ਦੂਸਰੀ ਰੋਡ ਜਾਂਦੀ ਹੈ ਜੀ ਆਪਣਾ ਇੱਧਰ ਘੰਟਾ ਘਾਰ ਤੇ ਆਪਣਾ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਨੂੰ ਕਿਉਂਕਿ ਫਿਰ ਇੱਥੋਂ ਕੂਚੇ ਸਟਾਰਟ ਹੋ ਜਾਂਦੇ ਆਗੇ ਜਿਵੇਂ ਕਿ ਕੂਚਿਆਂ ਵਿੱਚ ਹੈ ਹੋਲ ਸੇਲ ਦੀਆਂ ਦੁਕਾਨਾਂ ਲੁਧਿਆਣੇ ਵਿੱਚ ਅਗਰ ਮੈਂ ਇੱਕ ਵਾਰੀ ਫੇਰ ਤੁਹਾਨੂੰ ਦੱਸਦਾ ਜਿਨ੍ਹਾਂ ਨੂੰ ਕੂਚੇ ਨਹੀਂ ਪਤਾ ਹੈ ਜੀ ਜੀ ਗਲੀਆਂ ਨੂੰ ਹੀ ਉਰੇ ਕੂਚੇ ਕਿਹਾ ਜਾਂਦਾ ਹੈ ਜਿਵੇਂ ਕੂਚਾ ਨੰਬਰ 1 2 3 ਐਦਾ ਤੇ ਬਿਲਕੁਲ ਫੀਲਡ ਗੰਜ ਮਾਰਕੀਟ ਦੇ ਨਾਲ ਹੀ ਇਹ ਵਾਲੇ ਕੋਚੇ ਤਾਂ ਇਹ ਵਾਲੀ ਹਜੇ ਫੀਲਡ ਗੰਜ ਮਾਰਕੀਟ ਹੀ ਚੱਲ ਰਹੀ ਹੈ ਦੇਖੋ ਤੁਸੀਂ ਕੱਪੜਿਆਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਜੀ ਉਰੇ ਕਿਵੇਂ ਕਿੰਨੇ ਜ਼ਿਆਦਾ ਕੱਟ ਪੀਸ ਮਿਲਦੇ ਨੇ ਜੀ ਬਹੁਤ ਜ਼ਿਆਦਾ ਔਰ ਢੇਰ ਲੱਗਿਆ ਹੋਇਆ ਬਸ ਅਗਰ ਕਿਸੇ ਨੂੰ ਸਟੀਚਿੰਗ ਦਾ ਕੰਮ ਆਉਂਦਾ ਹੈ ਤਾਂ ਉਹ ਇੱਥੇ ਆਰਾਮ ਨਾਲ ਆਪਣਾ ਜਿਹੜੀ ਮਰਜ਼ੀ ਡਰੈਸ ਦਾ ਤੁਸੀਂ ਮੀਨਸ ਕੱਪੜਾ ਲੈਣਾ ਚਾਹੋ ਉਹ ਤੁਸੀਂ ਇਸ ਮਾਰਕੀਟ ਵਿੱਚ ਆਸਾਨੀ ਨਾਲ ਲੈ ਸਕਦੇ ਹੋ ਜੀ ਤਾਂ ਦੇਖੋ ਆ ਲੋਰਾ ਟੀ-ਸ਼ਰਟ ਗਰਮੀਆਂ ਦੇ ਪਜਾਮੇ ਨਾਈਟ ਸੂਟ ਕਿੰਨੇ ਸੋਹਣੇ ਸੋਹਣੇ ਲੱਗਦੇ ਨੇ ਜੀ ਤੇ ਆ ਥੋੜਾ ਜਿਹਾ ਸ਼ਾਪਸ ਇਹ ਹੈ ਜੀ ਬਰਾਇਡਲ ਜਵੈਲਰੀ ਦਾ ਬਰਾਇਡਲ ਲਹਿੰਗਿਆਂ ਦਾ ਵਿਆਹ ਮੈਰਿਜ ਵਾਸਤੇ ਜਿਨਣੇ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਜੈਵਲਰੀ ਲੈਣੀ ਆ ਫੁਲਕਾਰੀ ਦੁਪੱਟੇ ਲੈਣੇ ਜਾਂ ਹੈਵੀ ਡਰੈਸ ਕੋਈ ਵੀ ਲੈਣੀ ਉਹ ਤੁਹਾਨੂੰ ਉਹ ਵੀ ਤੁਹਾਨੂੰ ਇਸੇ ਬਾਜ਼ਾਰ ਵਿੱਚ ਮਿਲੇਗੀ ਔਰ ਇੱਕ ਤੇ ਇੱਕ ਵੈਰਾਈਟੀ ਹੈ ਇਹਨਾਂ ਕੋਲ ਤੇ ਰੇਟ ਦਾ ਤਾਂ ਤੁਸੀਂ ਪੁੱਛੋ ਹੀ ਨਾ ਜਿਵੇਂ ਤੁਸੀਂ ਪਰਾਂਦੇ ਦੇਖ ਰਹੇ ਹੋ ਦੇਖੋ ਤਾਂ ਸਹੀ ਕਿੰਨੇ ਸੋਹਣੇ ਸੋਹਣੇ ਲੱਗਦੇ ਨੇ ਜਾਗੂਆਂ ਤੇ ਪਾਣੇ ਵਾਸਤੇ ਸਾਰੇ ਦੀ ਸਾਰੀ ਮਾਰਕੀਟ ਹੈ ਬਰਾਇਡਲ ਮਾਰਕੀਟ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ ਜਿੱਥੇ ਕਿ ਤੁਹਾਨੂੰ ਮੈਰਿਜ ਦਾ ਸਾਰਾ ਸਮਾਨ ਬਹੁਤ ਈਜ਼ੀਲੀ ਮਿਲ ਜਾਵੇਗਾ ਜੀ ਅਜਿਵੇਂ ਦੇਖੋ ਤੁਸੀਂ ਪੂਰੀਆਂ ਦੁਕਾਨਾਂ ਕਿਸ ਤਰ੍ਹਾਂ ਸਜੀਆਂ ਹੋਈਆਂ ਨੇ ਪੂਰਾ ਵਿਆਹ ਦਾ ਸਮਾਨ ਐਦਾਂ ਲੱਗ ਰਿਹਾ ਜਿਵੇਂ ਕਿ ਇੱਕ ਦੋਲਣ ਦੀ ਤਰ੍ਹਾਂ ਸਜਿਆ ਹੋਵੇ ਇਹ ਕਿਉਂਕਿ ਉਰੇ ਬਹੁਤ ਜ਼ਿਆਦਾ ਇਹਨਾਂ ਦੀ ਸੇਲ ਹੁੰਦੀ ਹੈ ਤੇ ਇਹਨਾਂ ਕੋਲ ਵੈਰਾਈਟੀ ਬਹੁਤ ਜ਼ਿਆਦਾ ਹੁੰਦੀ ਹੈ ਤੁਸੀਂ ਆਪਣੀ ਪਸੰਦ ਦਾ ਲੈ ਸਕਦੇ ਹੋ ਕੁਝ ਵੀ ਆ ਜਿਵੇਂ ਤੁਸੀਂ ਜਿਹੜੀ ਮਸਜਿਦ ਦੇਖ ਰਹੇ ਹੋ ਜੀ ਇਹ ਹੈ ਜੀ ਲੁਧਿਆਣੇ ਦੀ ਫੀਲਡ ਗੰਜ ਦੀ ਜਾਮਾ ਮਸਜਿਦ ਬਹੁਤ ਵੱਡੀ ਮਸਜਿਦ ਹੈ ਇਹਨਾਂ ਦੇ ਬਾਹਰ ਪੁਲਿਸ ਖੜੀ ਹੁੰਦੀ ਉਰੇ ਮਤਲਬ ਇੰਨੀ ਜ਼ਿਆਦਾ ਵੱਡੀ ਮਸਜਿਦ ਇਤਿਆ ਆ ਗਿਆ ਜੀ ਚੌਕ ਇਹ ਇੱਕ ਰੋਡ ਚੱਲੀ ਜਾਂਦੀ ਅੱਗੇ ਸੀਐਮਸੀ ਸਮਰਾਲਾ ਚੌਕ ਸਾਈਡ ਤੇ ਦੂਸਰੀ ਰੋਡ ਆਉਂਦੀ ਹੈ ਜੀ ਸਿੱਧੀ ਆਪਣਾ ਇੱਧਰ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਤੋਂ ਤੇ ਇੱਧਰ ਹੀ ਘਾਂਟਾ ਘਰ ਵਗੈਰਾ ਨੂੰ ਆਸਾਨੀ ਨਾਲ ਅੱਗੇ ਇੱਕ ਵਲੀ ਰੋਡ ਮਿਲ ਜਾਂਦੀ ਹੈ ਜੀ ਤਾਂ ਦੇਖੋ ਜੀ ਪੂਰੇ ਦਾ ਪੂਰਾ ਬਾਜ਼ਾਰ ਵਿੱਚ ਕਿਸ ਤਰ੍ਹਾਂ ਰੌਣਕਾਂ ਲੱਗੀਆਂ ਹੋਈਆਂ ਨੇ ਕਿਉਂਕਿ ਲੋਕ ਕੱਪੜੇ ਬਹੁਤ ਖਰੀਦ ਰਹੇ ਨੇ ਹੁਣ ਆਗੇ ਜੀ ਅਸੀਂ ਦੁੱਖ ਨਿਵਾਰਨ ਵਾਲੀ ਮਾਰਕੀਟ ਜਿਹਦੇ ਜੋ ਮਸਾਲਿਆਂ ਦੀ ਮਾਰਕੀਟ ਉਹ ਵੀ ਜਿਸੇ ਦਾ ਲੱਗਿਆ ਹੁੰਦੀਆਂ ਨੇ ਬਹੁਤ ਜ਼ਿਆਦਾ ਵੀਰ ਵੀ ਰੇਕੂ ਦੇ ਸੇਲਾਂ ਸਟਾਰਟ ਹੋ ਜਾਂਦੀਆਂ ਦੇਖੋ ਸੇ ਕਿੰਨਾ ਪਿਆਰਾ ਪਿਆਰਾ ਸਮਾਨ ਹੈ ਇਹ ਇਹ ਇੰਨੀ ਸਸਤੀ ਮਾਰਕੀਟ ਹੈ ਕਿ ਤੁਹਾਨੂੰ ਲੁਧਿਆਣੇ ਦੇ ਹੋਰ ਕਿਸੇ ਵੀ ਜਗ੍ਹਾ ਵਿੱਚ ਇਦਾਂ ਦੀ ਮਾਰਕੀਟ ਦੇਖਣ ਨੂੰ ਨਹੀਂ ਮਿਲੇਗੀ ਇਹਨਾਂ ਦਾ ਮੀਨਜ਼ ਜਿਹੜੀ ਇਹ ਰਾਸ਼ਨ ਵਾਲੀ ਮਾਰਕੀਟ ਹੈ ਮਸਾਲਾ ਮਾਰਕੀਟ ਹੈ ਉਰੇ ਗਰਮ ਮਸਾਲੇ ਸੁੱਕੇ ਮਸਾਲੇ ਆਪ ਕੋਲ ਖੜੇ ਹੋ ਕੇ ਪਿਸਵਾ ਕੇ ਲੈ ਕੇ ਜਾ ਸਕਦੇ ਹੋ ਜੀ ਜਿਹੜਾ ਮਰਜੀ ਤੁਸੀਂ ਮਸਾਲਾ ਲੈਣਾ ਉਹ ਇਸ ਵਾਲੀ ਮਾਰਕੀਟ ਵਿੱਚ ਪੀਸਿਆ ਜਾਂਦਾ ਹੈ ਤੇ ਉਰੇ ਮਨਹਾਰੀਆਂ ਦੀਆਂ ਦੁਕਾਨਾਂ ਵੀ ਹੈ ਤੇ ਆ ਸਟਾਲ ਵਗੈਰਾ ਵੀ ਰੇੜੀਆਂ ਲੱਗੀਆਂ ਹੁੰਦੀਆਂ ਤੇ ਆਪਣਾ ਲੇਡੀਜ਼ ਕੱਪੜਿਆਂ ਦੀ ਦੁਕਾਨਾ ਵੀ ਹੈ ਤੇ ਜੁੱਤੀਆਂ ਦੀ ਦੁਕਾਨਾ ਵੀ ਹੈ ਛੋਟੀ ਮਾਰਕੀਟ ਹੈ ਬਟ ਉਰੇ ਰਸ਼ ਇੰਨਾ ਜ਼ਿਆਦਾ ਹੁੰਦਾ ਗਾਖ ਬਹੁਤ ਜ਼ਿਆਦਾ ਆਂਦਾ ਉਰੇ ਕਿਉਂਕਿ ਲੇਡੀਜ਼ ਦੇਖੋ 20-20 ਰੁਪਏ ਦੇ ਸੇਰਣੂ ਕਿਸ ਤਰ੍ਹਾਂ ਟੁੱਟ ਟੁੱਟ ਕੇ ਪੈਂਦੇ ਨੇ ਇਸ ਤਰ੍ਹਾਂ ਹੀ ਕਿਉਂਕਿ ਸਮਾਨ ਇਹ ਵਧੀਆ ਹੁੰਦਾ ਤੇ ਰੀਜ਼ਨੇਬਲ ਪ੍ਰਾਈਸ ਵਿੱਚ ਹੁੰਦਾ ਇਸ ਕਰਕੇ ਇਹ ਸਾਰੀ ਦੀ ਸਾਰੀ ਮਾਰਕੀਟ ਕਿਸੇ ਪੂਰੀ ਗਾਖ ਰਲ ਭਰੀ ਹੋਈ